ਸਤਿ ਸ਼੍ਰੀ ਅਕਾਲ, ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਅੱਜ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰ ਹੈਲਪਰਸ ਦੇ ਸੱਦੇ 'ਤੇ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਮੰਗ ਪੱਤਰ ਸੌਂਪਣ ਦੇ ਲਈ ਜਿਹੜੇ ਵਰਕਰ ਨੇ ਇਕੱਠੇ ਹੋਏ ਨੇ। ਦੱਸ ਦਈਏ ਕਿ ਇਸ ਦੌਰਾਨ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਸੀਤਾਰਮਨ, ਇਸ ਦੇ ਨਾਲ ਹੀ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਨੁਪੂਰਨਾ ਨੂੰ ਦੇਸ਼ ਭਰ ਤੋਂ ਮੰਗ ਪੱਤਰ ਭੇਜੇ ਗਏ ਨੇ। ਦੱਸ ਦਈਏ ਕਿ ਇਸ ਦਰਮਿਆਨ ਆਲ ਇੰਡੀਆ ਫੈਡਰੇਸ਼ਨ ਦੇ ਫੈਸਲੇ ਅਨੁਸਾਰ ਆਂਗਨਵਾੜੀ ਮੁਲਾਜ਼ਮਾਂ ਦੇ ਵੱਲੋਂ ਵੀ ਪੰਜਾਬ ਸੀਟੂ ਦੇ ਵੱਲੋਂ ਇਸ ਸੱਦੇ ਨੂੰ ਜ਼ਿਲ੍ਹੇ ਦੇ ਵਿੱਚ ਇਸ ਦੀ ਅਗਵਾਈ ਕਰਦਿਆਂ ਹੋਇਆਂ ਪੂਰੇ ਜੋਸ਼ ਦੇ ਨਾਲ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਕੇਂਦਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਆਂਗਨਵਾੜੀ ਵਰਕਰ ਹੈਲਪਰਸ ਨੂੰ ਸੰਵਿਧਾਨਕ ਲਾਭ ਦਿੱਤੇ ਜਾਣ, ਅਤੇ ਇਸ ਦੇ ਦੌਰਾਨ ਹੀ ਦੱਸ ਦਈ ਕਿ ਉਹਨਾਂ ਨੇ ਜਿਹੜੇ ਮੰਗ ਪੱਤਰ ਨੇ ਉਹ ਭੇਜੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ਼ ਇੱਥੇ ਪ੍ਰਦਰਸ਼ਨ ਕਰਦਿਆਂ ਹੋਇਆ ਆਂਗਨਵਾੜੀ ਕੇਂਦਰਾਂ ਨੂੰ ਮਜ਼ਬੂਤ ਕਰਨ ਅਤੇ ਵਰਕਰ ਹੈਲਪਰਸ ਨੂੰ ਵਿਧਾਨਿਕ ਲਾਭ ਦੇਣ ਦੇ ਲਈ ਬਜਟ ਦੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ। ਜੀ, ਮੈਂ ਪ੍ਰਕਾਸ਼ ਕੌਰ ਸੋਹੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ, ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ। ਅੱਜ 10 ਜੁਲਾਈ ਹੈ ਜੀ ਅਤੇ ਸਾਡਾ ਡਿਮਾਂਡ ਡੇ ਹੈ। ਹਰ ਸਾਲ ਸਾਡਾ 10 ਜੁਲਾਈ ਨੂੰ ਮੰਗ ਦਿਵਸ ਹੁੰਦਾ ਅਤੇ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਪ੍ਰਤੀ ਸਾਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਅਤੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਭੇਜਦੇ ਹਾਂ ਜੀ। ਤਾਂ ਉਹ ਅੱਜ ਅਸੀਂ ਸਾਡੇ ਵਿਭਾਗੀ ਮੰਤਰੀ ਨੂੰ ਅਤੇ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਮੰਗ ਪੱਤਰ ਭੇਜਾਂਗੇ ਜੀ। ਉਸ ਸੰਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ। ਸਾਡੀਆਂ ਮੰਗਾਂ ਬੜੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ। ਪੰਜਾਬ ਸਰਕਾਰ ਨੇ ਤਾਂ ਮੰਗ ਸਾਡੀ ਕੋਈ ਨਹੀਂ ਮੰਨੀ, ਉਹਦੇ ਪਿੱਛੇ ਵੀ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ। ਪਰ ਕੇਂਦਰ ਸਰਕਾਰ ਵੱਲੋਂ ਵੀ ਜੋ ਚੌਥੇ ਕਮਿਸ਼ਨ ਅਨੁਸਾਰ ਜਿਹੜਾ ਸਾਨੂੰ ਬਣਦਾ ਮਾਨ ਭੱਤਾ ਮਿਲਣਾ ਚਾਹੀਦਾ, ਘੱਟੋ ਘੱਟ ਮਿਨੀਮਮ ਵੇਜ 26,000 ਰੁਪਇਆ, ਤਾਂ ਉਹ ਵੀ ਸਾਨੂੰ ਬਿਲਕੁਲ ਨਿਗੂਣਾ ਜਿਹਾ 10,000 ਰੁਪਇਆ ਅਤੇ ਕੇਂਦਰ ਵੱਲੋਂ ਸਿਰਫ 4,500 ਰੁਪਇਆ ਸਾਨੂੰ ਮਿਲ ਰਿਹਾ ਜੀ। ਤਾਂ ਉਹ ਵੀ ਸਮੇਂ ਸਿਰ ਨਹੀਂ ਮਿਲਦਾ ਜੀ। ਪੂਰੇ 2 ਸਾਲ ਹੋ ਗਏ ਜੀ, ਅਸੀਂ ਕਦੇ ਪੂਰੀ ਤਨਖਾਹ ਦਾ ਮੂੰਹ ਨਹੀਂ ਦੇਖਿਆ। ਜੇ ਕਦੇ ਸਾਨੂੰ ਕੇਂਦਰ ਦੇ ਪੈਸੇ ਆ ਜਾਂਦੇ ਤਾਂ ਸਾਨੂੰ ਸਟੇਟ ਦੇ ਨਹੀਂ ਮਿਲਦੇ, ਜੇ ਸਟੇਟ ਦੇ ਮਿਲ ਜਾਂਦੇ ਤਾਂ ਕੇਂਦਰ ਦੇ ਨਹੀਂ ਮਿਲਦੇ। ਹੁਣ ਪਿਛਲੇ 4 ਮਹੀਨੇ ਤੋਂ ਸਾਰੇ ਪੰਜਾਬ ਦੇ ਵਿੱਚ, ਸਾਰੇ ਆਲ ਇੰਡੀਆ ਦੇ ਵਿੱਚ ਕੇਂਦਰ ਦੀ ਪੇ ਨਹੀਂ ਆ ਰਹੀ। ਤਾਂ ਸਾਡਾ ਚੁੱਲ੍ਹਾ ਚੌਂਕਾ ਇਸੇ ਨਾਲ ਹੀ ਚੱਲਦਾ ਜੀ। ਇਸ ਦੇ ਵਿੱਚ ਬਹੁਤ ਗਰੀਬ ਤਬਕੇ ਨਾਲ ਸੰਬੰਧਿਤ ਲੋਕ ਨੇ, ਵਿਡੋ ਔਰਤਾਂ ਨੇ, ਤਲਾਕਸ਼ੁਦਾ ਨੇ, ਜਿਨ੍ਹਾਂ ਨੇ ਸੁਬਾਹ ਸ਼ਾਮ ਰੋਟੀ ਇੱਥੋਂ ਹੀ ਖਾਣੀ ਹੁੰਦੀ ਹੈ। ਤਾਂ ਉਹ ਸਾਡੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੈ। ਉਹਨਾਂ ਲੋਕਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਬਿਲਕੁਲ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ 2 ਤਰੀਕ ਨੂੰ ਮਾਨ ਭੱਤਾ ਜਿਹੜਾ ਉਹ ਸਾਡੇ ਅਕਾਊਂਟ ਦੇ ਵਿੱਚ ਪੈਣਾ ਚਾਹੀਦਾ। ਬਾਕੀ ਜਿਹੜੀਆਂ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਹੈ, ਜਿਸ ਤਰ੍ਹਾਂ ਗ੍ਰੈਚੁਟੀ ਜੀ, ਜੋ ਕਿ ਬਾਕੀ ਸੂਬਿਆਂ ਦੇ ਵਿੱਚ ਲਾਗੂ ਹੋ ਚੁੱਕੀ ਹੈ, ਆਸਾਮ ਦੇ ਵਿੱਚ 5 ਲੱਖ ਰੁਪਇਆ ਇਸ ਟਾਈਮ ਗ੍ਰੈਚੁਟੀ ਮਿਲ ਰਹੀ ਹੈ, ਪਰ ਪੰਜਾਬ ਦੇ ਵਿੱਚ ਸਿਰਫ ਲਮਸਮ 1 ਲੱਖ ਰੁਪਇਆ ਮਿਲ ਰਿਹਾ ਰਿਟਾਇਰ ਹੋਣ 'ਤੇ, ਉਹ ਵੀ 70 ਸਾਲ ਦੀ ਏਜ ਦੇ ਵਿੱਚ। ਤਾਂ ਕੁਛ ਸਾਡੇ ਸਾਥੀ ਆ ਜਿਹੜੇ 70 ਸਾਲ ਦੀ ਏਜ ਵੀ ਪੂਰੀ ਕਰਨ ਨਹੀਂ ਪਾਉਂਦੇ, ਤਾਂ ਉਹ ਬੈਨੀਫਿਟ ਲੈਣੋਂ ਵੀ ਰਹਿ ਜਾਂਦੇ ਆ। ਤਾਂ ਅਸੀਂ ਸਰਕਾਰ ਨੂੰ ਇਸ ਬੇਨਤੀ ਕਰਦੇ ਹਾਂ ਇਸ ਸੰਬੰਧ ਦੇ ਵਿੱਚ ਵੀ ਸਾਡਾ ਵੀ ਦੂਜੇ ਸਟੇਟਾਂ ਵਾਂਗੂ ਗ੍ਰੈਚੁਟੀ ਦਾ ਕਾਨੂੰਨ ਲਾਗੂ ਕੀਤਾ ਜਾਵੇ, ਜੋ ਕਿ ਸੁਪਰੀਮ ਕੋਰਟ ਵੱਲੋਂ ਪਾਸ ਹੋ ਚੁੱਕਾ ਹੈ, ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ, ਨਾ ਹੀ ਕੇਂਦਰ ਇਸ ਦੇ ਵਿੱਚ ਕੋਈ ਇੰਟਰਸਟ ਲੈ ਰਿਹਾ ਜੀ। ਜੀ ਬਿਲਕੁਲ ਵੀ ਨਹੀਂ ਜੀ, ਦੁੱਗਣੇ ਦੀ ਤਾਂ ਦੂਰ ਰਹਿ ਗਈ, ਸਾਨੂੰ ਕਦੇ ਉਹ ਵੀ ਨਹੀਂ ਮਿਲਿਆ ਜੀ। ਉਹੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ ਵੀ ਅਸੀਂ ਤਾਂ ਕਦੇ ਪੂਰੀ ਤਨਖਾਹ ਦਾ ਜਦੋਂ ਦੀ ਆਮ ਸਰਕਾਰ ਬਣੀ ਹੈ ਮੂੰਹ ਹੀ ਨਹੀਂ ਦੇਖਿਆ। ਪੂਰੇ 2.5 ਸਾਲ ਤੋਂ ਸਾਨੂੰ ਕਦੇ ਵੀ ਪ੍ਰੋਪਰ ਪੇ ਇਕੱਠੀ ਨਹੀਂ ਆਈ ਵੀ ਸਟੇਟ ਦੀ ਅਤੇ ਸੈਂਟਰ ਦੀ ਇਕੱਠੀ ਮਿਲੀ ਹੋਵੇ। ਜੇ 6 ਮਹੀਨੇ ਸਟੇਟ ਦੀ ਮਿਲੀ ਜਾਂਦੀ ਹੈ ਤਾਂ 6 ਮਹੀਨੇ ਸੈਂਟਰ ਦੀ ਨਹੀਂ ਆਉਂਦੀ, ਜੇ ਸੈਂਟਰ ਦੀ ਮਿਲ ਰਹੀ ਹੈ ਤਾਂ ਸਟੇਟ ਦੀ ਨਹੀਂ ਮਿਲ ਰਹੀ। ਪਿੱਛੇ ਤੁਸੀਂ ਦੇਖਿਆ ਹੀ ਹੋਣਾ, ਅਪ੍ਰੈਲ ਦੇ ਵਿੱਚ ਅਸੀਂ ਲੰਬਾ ਪੂਰਾ 15 ਦਿਨ ਦਾ ਸੰਘਰਸ਼ ਬਠਿੰਡੇ ਦੇ ਵਿੱਚ ਧਰਨਾ ਲਾ ਕੇ ਅਸੀਂ ਚਾਈਲਡ ਕੌਂਸਲ ਨੂੰ
ਜਿਹੜੀ ਬੇਦਵਾਈ ਸੀਗੀ ਜਿਹੜੀ ਕਿ ਇਹਨਾਂ ਦੀ ਸਵਾ ਸਾਲ ਦੀ ਸੀ। ਤਾਂ ਹੁਣ ਜਿਹੜੇ 5 ਪ੍ਰੋਜੈਕਟ ਚੱਲ ਰਹੇ ਸੀ NGO ਦੇ ਅੰਡਰ, ਉਹਨਾਂ ਨੂੰ ਹਜੇ ਪਿਛਲੇ 10 ਮਹੀਨੇ ਤੋਂ ਪੇ ਨਹੀਂ ਮਿਲ ਰਹੀ। ਉਹਨਾਂ ਨੂੰ ਕਵਰ ਜ਼ਰੂਰ ਕੀਤਾ ਗਿਆ, ਵਿਭਾਗ ਦੇ ਵਿੱਚ ਲਿਆ ਗਿਆ, ਪਰ ਹਜੇ ਉਹਨਾਂ ਦੀ ਪੇ ਦਾ ਕੋਈ, ਜਿਵੇਂ CDPO ਨੂੰ ਕੋਈ ਅਧਿਕਾਰ ਨਹੀਂ ਦਿੱਤੇ ਗਏ, ਜਿਹੜੇ CDPO ਸੀ ਉਹਨਾਂ ਨੂੰ ਇਸ ਦੇ ਵਿੱਚ ਕਵਰ ਨਹੀਂ ਕੀਤਾ ਗਿਆ, ਵੀ ਆਪਣੇ ਵਿਭਾਗ ਦੇ ਵਿੱਚ ਨਹੀਂ ਲਿਆਂਦਾ ਗਿਆ, ਉਹ NGO ਦੇ ਅੰਡਰ ਹੀ ਹੈ, ਇਸ ਕਰਕੇ ਉਹ ਸਾਈਨ ਨਹੀਂ ਕਰ ਸਕਦੇ ਅਤੇ ਉਹ ਪੇ ਵੀ ਨਹੀਂ ਨਿਕਲ ਰਹੀ। ਉਹਦੇ ਪ੍ਰਤੀ ਵੀ ਸਾਡੇ ਸੰਘਰਸ਼ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੈ ਜੀ। ਹਾਂਜੀ, ਮੇਰਾ ਨਾਮ ਪ੍ਰਤਿਭਾ ਸ਼ਰਮਾ, ਆਂਗਨਵਾੜੀ ਮੁਲਾਜ਼ਮ ਯੂਨੀਅਨ C2, ਜ਼ਿਲ੍ਹਾ ਪ੍ਰੈਸ ਸਕੱਤਰ। ਅੱਜ ਜੀ 10 ਜੁਲਾਈ ਦਾ ਦਿਵਸ ਹੈ, ਵੀ 10 ਜੁਲਾਈ ਨੂੰ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ 10 ਜੁਲਾਈ ਦਾ ਦਿਨ ਸਬੋ ਕਰਦੇ ਹਾਂ, ਮਨਾਉਂਦੇ ਹਾਂ, ਵੀ ਆਪਣੀ ਮੰਗਾਂ ਰੱਖਦੇ ਹਾਂ ਸਰਕਾਰ ਅੱਗੇ। ਅਤੇ ਸਾਡੀ ਜਿਹੜੀ ਆਂਗਨਵਾੜੀ ਮੁਲਾਜ਼ਮ ਯੂਨੀਅਨ C2 ਦੀ ਜਿਹੜੀ ਮੰਗ ਸੀਗੀ ਮੇਨ, ਵੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਪਹਿਲਾਂ ਸਾਨੂੰ ਵੀ ਜਦੋਂ ਅਸੀਂ ਸੱਤਾ 'ਚ ਆ ਜਾਵਾਂਗੇ ਤਾਂ ਤੁਹਾਨੂੰ ਮਾਨਪਤਾ ਦੁੱਗਣਾ ਦਿੱਤਾ ਜਾਊਗਾ, ਲੇਕਿਨ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀਗੇ, ਲੇਕਿਨ ਜਿਹੜੀ ਸਾਡੀ ਸੈਲਰੀ ਹੈਗੀ ਉਹ ਵੀ ਸਮੇਂ ਸਿਰ ਨਹੀਂ ਪਾਈ ਜਾਂਦੀ। ਇੱਕ ਸਰਕਾਰ ਨੇ ਸਭ ਤੋਂ ਵੱਡਾ ਵਾਅਦਾ ਇਹ ਕੀਤਾ ਸੀਗਾ ਵੀ ਅਸੀਂ ਆਂਗਨਵਾੜੀ ਵਰਕਰਾਂ ਨੂੰ ਵੀ ਆਪਣੇ ਪਰਸਨਲ ਕੰਮ ਵਾਸਤੇ ਮੋਬਾਈਲ ਦਿੱਤੇ ਜਾਣਗੇ, ਲੇਕਿਨ ਸਰਕਾਰ ਨੇ ਉਹ ਵੀ ਨਹੀਂ ਦਿੱਤੇ। ਹੁਣ ਸਾਨੂੰ ਰੱਖੜੀ ਤੱਕ ਦਾ ਸਮੇਂ ਦਿੱਤਾ ਵੀ ਤੁਹਾਨੂੰ ਬਹੁਤ ਵੱਡਾ ਤੋਹਫਾ ਦੇਵਾਂਗੇ, ਲੇਕਿਨ ਸਾਨੂੰ ਹਜੇ ਇਹ ਨਹੀਂ ਪਤਾ ਵੀ ਕੀ ਤੋਹਫਾ ਦੇਣਗੇ। ਜਦੋਂ ਸਾਡੇ ਕੋਲ ਆਊਗਾ ਤਾਂ ਉਹ ਹੀ ਅਸੀਂ ਆਪਣੇ ਆਂਗਨਵਾੜੀ ਦਾ ਕੰਮ ਕਰਾਂਗੇ, ਔਨਲਾਈਨ ਨਹੀਂ, ਅਸੀਂ ਔਨਲਾਈਨ ਕੰਮ ਨਹੀਂ ਕਰਾਂਗੇ।